ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਅਸਲਾਮ ਅਲੈਕੁਮ ਦੋਸਤੋ, ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਜਾਵੇਦ ਤੇ ਤੁਸੀਂ ਦੇਖਦੇ ਪਏ ਜੋ ਤੁਹਾਡਾ ਦੇਸ਼ ਪੰਜਾਬ ਟੀਵੀ YouTube ਚੈਨਲ। ਆਪਣੇ ਵੀਰਾਂ ਭਰਾਵਾਂ ਦੋਸਤਾਂ ਲਈ ਮਿਹਨਤਾਂ ਕਾਫਸ਼ਾਂ ਕਰਕੇ ਖੂਬਸੂਰਤ ਔਰ ਲਾਜਵਾਬ ਬਿਹਤਰੀਨ ਵੀਡੀਓ ਲੈ ਕੇ ਹਾਜ਼ਰ ਹੁਣਾ। ਉਮੀਦ ਕਰਨਾ ਕਿ ਅੱਜ ਵਾਲੀ ਵੀਡੀਓ ਪਸੰਦ ਆਏਗੀ। ਇਹਨੂੰ ਲਾਈਕ ਕਰੋਗੇ, ਸ਼ੇਅਰ ਕਰੋਗੇ, ਕਮੈਂਟ ਕਰੋਗੇ, ਹਮੇਸ਼ਾ ਤਰ੍ਹਾਂ ਤੁਹਾਡਾ ਦੇਸ਼ ਪੰਜਾਬ ਟੀਵੀ ਨਾਲ ਮੁਹੱਬਤਾਂ ਅਤੇ ਚਾਹਤਾਂ ਅਤੇ ਪਿਆਰ ਵੰਡੋਗੇ। ਜਿਹੜੀ ਅੱਜ ਦੀ ਵੀਡੀਓ ਆਪਣੇ ਵੀਰਾਂ ਭਰਾਵਾਂ ਦੋਸਤਾਂ ਦਿਖਾਉਂਦਾ ਪਿਆ ਔਰ ਮੈਂ ਭਰਾਵਾਂ ਦੱਸਦਾ ਜਾਵਾਂ, ਵੀਡੀਓ ਦੇ ਆਗਾਜ਼ 'ਚ ਹੀ ਮੇਰੇ ਵੀਰ ਭਰਾ ਦੋਸਤ ਰੱਤੇ ਰੰਗ ਨੂੰ ਵੇਂਦੇ ਜ਼ਰੂਰ ਹੋਣਗੇ। ਰੱਤੇ ਰੰਗ ਦੇ ਮੁੱਲ ਕਿਵੇਂ ਪੈਂਦੇ ਨੇ, ਰੱਤੇ ਰੰਗ ਪੂਰੀ ਦੁਨੀਆ 'ਚ ਮਸ਼ਹੂਰ ਕਿਵੇਂ ਹੋਏ ਨੇ, ਅੱਜ ਵਾਲੀ ਵੀਡੀਓ ਦੇ ਆਗਾਜ਼ 'ਚ ਮੈਂ ਵੀਰਾਂ ਦੱਸਦਾ ਜਾਵਾਂ ਇਹੋ ਜਿਹੀਆਂ ਗਾਵਾਂ ਨੇ ਮਸ਼ਹੂਰ ਕੀਤੇ ਨੇ। ਜਰਸੀ ਫਰੀਜ਼ੀਅਨ ਕ੍ਰਾਸ ਹੈ, ਬੜੀ ਵੱਡੀ ਵੈੜ ਮਾਸ਼ਾਅੱਲਾ, ਜਰਸੀ ਫਰੀਜ਼ੀਅਨ ਸਾਹੀਵਾਲ ਕ੍ਰਾਸ, ਤਿੰਨ ਬਰੀਡਾਂ ਗਾਂ ਦੇ ਵਿੱਚ, ਕੱਦ ਗਾਂ ਦਾ ਐਡਾ ਕਿ ਜਿਵੇਂ ਜਨਾਬ ਆਮ ਗਰੀਬ ਦੇ ਕੋਠੇ ਦੀ ਛੱਤ 'ਚ ਡੈ ਬਹੁਤ ਨੇੜੇ ਜਾਵੀ ਛੱਡੇ ਨਾ ਬਰਾਂਡੇ ਦੇ ਵਿੱਚ ਟਪਾ ਵੀ ਖੋ ਜਾ ਇੱਕ ਵਾਰੀ, ਜਦੋਂ ਛੱਡੇ ਬਰਾਂਡੇ ਦੇ ਵਿੱਚੋਂ ਟਪਾ ਕੇ ਲੈਣੀ ਵੀਰਾਂ ਨੂੰ ਖਾਣਾ, ਗਰੀਬ ਦੀ ਛੱਤ ਜਿੱਡਾ ਮਾਸ਼ਾਅੱਲਾ ਬੱਚੀ ਦਾ ਕੱਦ ਦੇ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਹਾਈਟ ਲਾਮ ਮਾਸ਼ਾਅੱਲਾ ਕੱਲੀ ਸ਼ਾਹ ਉਹ 'ਚ ਪੂਰੀ ਆਉਣ ਵਾਲੀ ਵੈੜ ਹੈ, ਨਸਲੋ ਜ਼ਾਤੋ ਹਰ ਚੀਜ਼ ਮੇਰੇ ਵੀਰਾਂ ਭਰਾਵਾਂ ਦੋਸਤਾਂ ਦੇ ਕੈਮਰੇ ਦੀ ਅੱਖ ਦੇ ਸਾਹਮਣੇ। ਔਰ ਮਾਸ਼ਾਅੱਲਾ ਐਡਾ ਖੂਬਸੂਰਤ ਆਰਡਰ ਕੁਆਲਿਟੀ ਹੈ, ਦੁਨੀ ਤੋਂ ਲੈ ਕੇ ਪਿਛਾ ਸੂਦ ਜਨਾਬੇ ਲਈ ਡੋਡੇ ਚੱਕੀ ਫਿਰਦੀ ਹੈ, ਜਨਾਬੇ ਲਈ ਨੀਲੀ ਬਾਹਰ ਦੀਆਂ ਮੱਝਾਂ ਤਰ੍ਹਾਂ ਫੁੱਟ ਫੁੱਟ ਦੀ ਵਿਰਲ ਔਰ ਗਿੱਟ ਗਿੱਟ ਦਾ ਮਾਸ਼ਾਅੱਲਾ 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 ਵਿਰਲਾਂ ਦੇ ਵਿੱਚ ਤਣ ਔਰ ਜਨਾਬੇ ਲਈ ਆਪੋ ਆਪ ਖੜੇ ਰੋਗ ਰੋਗ ਦਾ ਪਾਵਰ ਵਾਲਾ, ਇਹਨਾਂ ਨੂੰ ਕਿਹਾ ਜਾਂਦਾ ਵੇਨਾ ਵਿੱਚੋਂ ਜਨਾਬ ਮਿਲਕ ਵਾਲੀਆਂ ਦੁੱਧ ਵਾਲੀਆਂ ਨਜ਼ਰ ਆ ਰਹੀਆਂ ਨੇ ਬਾਈ, ਛੱਡ ਕੇ ਟੋਰ ਮਗਰ ਬਹੁ ਇਹਦੇ ਕੀ ਹੈ, ਮਗਰ ਜਨਾਬ ਗੁਲਾਬੀ ਬੱਚੀ ਮਾਸ਼ਾਅੱਲਾ ਬੜੀ ਪਿਆਰੀ ਜਰਸੀ ਫਰੀਜ਼ੀਅਨ ਚੋਗੀ ਪੈ ਆਪਣੇ ਵੀਰਾਂ ਨੂੰ ਵਿਖਾ ਦੇਣਾ, ਮਗਰ ਵੀ ਵੱਛੀ ਆਪ ਵੀ ਵੱਛੀ ਔਰ ਬ੍ਰਾਂਡ ਦੋਸਤੋ ਬ੍ਰਾਂਡ। ਜਿਹੜਾ ਮੇਰਾ ਵੀਰ ਭਰਾ ਦੋਸਤ ਕਹਿੰਦਾ ਕਿ ਜੁਵੇਦ ਬਾਈ ਜਾਨਵਰ ਇਹ ਜਿਹਾ ਹੋਣਾ ਚਾਹੀਦਾ ਕਿ ਜਿਹਦੀ 100% 100/100 ਗਰੰਟੀਆਂ ਹੋਣ। ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਮੇਰੇ ਵੀਰ ਭਰਾ ਦੋਸਤ ਕਮ ਸੇ ਕਮ 10 ਚੀਜ਼ਾਂ ਜਾਨਵਰ ਦੇ ਵਿੱਚ ਨੋਟ ਕਰਦੇ ਨੇ, ਘੱਟ ਤੋਂ ਘੱਟ ਵੀ 10 ਚੀਜ਼ਾਂ ਜਿਹਦੇ ਵਿੱਚ ਨੋਟ ਨਾ ਹੋਣ ਉਹ ਕਦੇ ਵੀ ਫਾਰਮਰ ਜਾਂ ਟੋਪ ਦਾ ਬਰੀਡਰ ਜਾਨਵਰ ਲੈਂਦਾ ਨਹੀਂ। ਪਹਿਲਾਂ ਮੇਰੇ ਵੀਰ ਕਹਿੰਦੇ ਨੇ ਕਿ ਜਨਾਬ ਕੱਦ ਜਾਨਵਰ ਦਾ ਬਹੁਤ ਹੋਣਾ ਚਾਹੀਦਾ ਹੈ, ਦੂਸਰਾ ਕਹਿੰਦੇ ਨੇ ਕਿ ਜਨਾਬੇ ਲਾਮ ਚੰਗੀ ਹੋਣੀ ਚਾਹੀਦੀ ਹੈ, ਤੀਸਰਾ ਮੇਰੇ ਭਰਾ ਕਹਿੰਦੇ ਨੇ ਆਰਡਰ ਕੁਆਲਿਟੀ ਸੋਹਣਾ ਸੁਥਰਾ ਬਿਲਕੁਲ ਜਨਾਬ ਮੁੱਠ ਮੁੱਠਦਾ ਅਤੇ ਪਾਵਰ ਆ ਤਨ ਹੋਣਾ ਚਾਹੀਦਾ, ਸੋਹਣੀਆਂ ਬਿਰਲਾਂ 'ਚ ਹੋਣਾ ਚਾਹੀਦਾ, ਉਹ ਵੀ ਗੱਲ ਮੌਜੂਦ ਹੈ। ਚੌਥਾ ਮੇਰੇ ਵੀਰ ਕਹਿੰਦੇ ਨੇ ਕਿ ਜਾਨਵਰ ਟੁਰੇ ਅਤੇ 4-4 ਫੁੱਟ ਲੱਤਾਂ ਖਿਲਾਰ ਕੇ ਟੁਰੇ ਅਤੇ ਖਲੋਵੇ, 4 ਫੁੱਟ ਲੱਤਾਂ ਖਿਲਾਰ ਕੇ ਖਲੋਵੇ, ਕਦੇ ਵੀ ਕੁੱਚਾ ਨਾਲ ਨਾ ਲਾਵੇ ਜਨਾਬੇ ਲਈ। ਉਸ ਤੋਂ ਬਾਅਦ ਪੰਜਵੀਂ ਮੇਰੇ ਵੀਰ ਕੀ ਗੱਲ ਚੈੱਕ ਕਰਦੇ ਨੇ ਕਿ ਜਾਨਵਰ ਦਾ ਪ੍ਰਿੰਟ ਚੰਗਾ ਹੋਣਾ ਚਾਹੀਦਾ ਔਰ ਮਾਸ਼ਾਅੱਲਾ ਚੰਗਾ। ਔਰ ਜਨਾਬੇ ਲਈ ਸੱਤਵੀਂ ਮੇਰੇ ਵੀਰ ਜਨਾਬ ਜੈੱਕ ਕੀ ਚੀਜ਼ ਕਰਦੇ ਨੇ, ਗਰਮੀ ਸਰਦੀ ਦਾ ਸ਼ਹਿਜ਼ਾਦਾ ਹੋਣਾ ਚਾਹੀਦਾ, ਉਹ ਵੀ ਗੱਲ ਮੌਜੂਦ ਹੈ। ਔਰ ਜਨਾਬੇ ਲਈ ਅੱਠਵੀਂ ਮੇਰੇ ਵੀਰ ਕੀ ਚੈੱਕ ਕਰਦੇ ਨੇ, ਜਾਨਵਰ ਦਾ ਚੁਲਾਹ ਚੰਗਾ ਹੋਣਾ ਚਾਹੀਦਾ, ਉਹ ਵੀ ਗਾਂ ਕੋਲ ਬਾਈਕਾਂ ਦਾ ਚੰਗਾ। ਔਰ ਜਨਾਬੇ ਲਈ ਨੌਵੀਂ ਮੇਰੇ ਵੀਰ ਕੀ ਚੈੱਕ ਕਰਦੇ ਨੇ ਕਿ ਦੁੱਧ ਸਵੈ ਚਿੱਟਾ ਮੱਝਾਂ ਤਰ੍ਹਾਂ ਗਾੜਾ ਅਤੇ ਸੰਘਣਾ ਹੋਣਾ ਚਾਹੀਦਾ, ਉਹ ਵੀ ਗਾਂ ਦੇ ਕੋਲ ਗੱਲ ਮੌਜੂਦ ਹੈ। ਔਰ ਜਨਾਬੇ ਲਈ ਦਸਵੀਂ ਮੇਰੇ ਵੀਰ ਕੀ ਗੱਲ ਚੈੱਕ ਕਰਦੇ ਨੇ, ਅਸੀਲ ਸਹੁ ਹੋਣਾ ਚਾਹੀਦਾ, ਉਹ ਵੀ ਗਾਂ ਦੇ ਕੋਲ ਗੱਲ ਮੌਜੂਦ ਹੈ। ਔਰ ਜਨਾਬ ਜਿਹੜੀ ਮੇਰੇ ਵੀਰ ਭਰਾ ਦੋਸਤ ਜਾਨਵੀਂ ਕੀ ਜਾਇਜ਼ ਚੈੱਕ ਕਰਦੇ ਨੇ, ਮਗਰ ਜਨਾਬੇ ਲਈ ਜਿਹੜਾ ਬੱਚਾ ਹੋਵੇ ਵੱਛੀ ਹੋਵੇ ਇੰਪੋਰਟਡ ਦੇ ਵਿੱਚ ਹੋਵੇ ਸਾਫ਼ ਸੁਥਰੀ ਹੋਵੇ ਗੁਲਾਬੀ ਨਾਸ ਦੇ ਵਿੱਚ ਹੋਵੇ ਜਾਂ ਗੁਲਾਬ ਪ੍ਰਿੰਟ ਵਾਲਾ ਜਾਨਵਰ ਬੱਚਾ ਵੀ ਮਗਰ ਚੰਗਾ ਹੋਣਾ ਚਾਹੀਦਾ। ਜਿਹਦਾ ਰੇਟ ਭਰਨਾ ਉਹਦੀ ਇੱਕ ਇੱਕ ਚੀਜ਼ ਨੋਟ ਕਰਨੀ ਵੀ ਚਾਹੀਦੀ, ਕਿਉਂਕਿ ਆਪਾਂ ਪੈਸੇ ਦੇਣੇ ਨੇ ਦੋਸਤੋ, ਆਪਾਂ ਕੋਈ 2-2.5-3 ਲੱਖ ਵਾਲਾ ਜਾਨਵਰ ਨਹੀਂ ਲੈਂਦੇ ਪਏ ਕਿ ਜਿੰਨੀ ਆਪਾਂ ਚੀਜ਼ਾਂ ਚੈੱਕ ਨਾ ਕਰੀਏ।
ਜਦੋਂ ਜਾਨਵਰ ਆਪਣੇ ਰੇਟ 'ਚ ਆਪਣੇ ਮਿਆਰ 'ਚ ਪਹੁੰਚਦਾ ਫਿਰ ਇਹ ਚੀਜ਼ਾਂ ਚੈੱਕ ਕਰਨੀਆਂ ਬਣਦੀਆਂ ਨੇ। ਉਸ ਤੋਂ ਬਾਅਦ ਮੇਰੇ ਭਰਾ ਕੀ ਚੈੱਕ ਕਰਦੇ ਨੇ, ਸਭ ਤੋਂ ਵੱਡੀ ਗੱਲ ਜਿਹੜੀ ਜਾਨਵਰ ਦੇ ਵਿੱਚ ਕਿ ਜਨਾਬੇ ਲਈ ਪੇਟ ਦਾ ਸਾਫ਼ ਹੋਣਾ ਚਾਹੀਦਾ, ਜਿਹੜਾ ਸਿਮਨ ਖਾਈ ਉਹ ਜਾਂ ਬੱਚਾ ਹੀ ਦੇਵੇ, ਉਹ ਵੀ ਵੈਟ ਦੇ ਕੋਲ ਮਾਸ਼ਾਅੱਲਾ ਅਲਹਮਦੁਲਿਲਾ ਗੱਲ ਮੌਜੂਦ ਹੈ। ਔਰ ਜਨਾਬ ਇਹ ਚੀਜ਼ਾਂ ਉਹ ਨੇ ਕਿ ਕਿਸੇ ਚੈਨਲ ਵਾਲੇ ਨੇ ਜਿੰਨੇ ਵੀ ਬਣੇ ਨੇ ਚੜ੍ਹਦੇ ਪੰਜਾਬ 'ਚ ਜਾਂ ਲਹਿੰਦੇ ਪੰਜਾਬ 'ਚ, ਅੱਲਾਹ ਦੀ ਕੋਈ ਗੱਲਾਂ ਨਹੀਂ ਤੁਹਾਨੂੰ ਕੋਈ ਦੱਸੇਗਾ। ਇਹ ਸਿਰਫ ਔਰ ਸਿਰਫ ਅੱਲਾਹ ਤਾਲਾ ਨੇ, ਅੱਲਾਹ ਦਾ ਫਜ਼ਲ ਹੈ ਔਰ ਅੱਲਾਹ ਦਾ ਕਰਮ ਮਾਸ਼ਾਅੱਲਾ। ਉਹ ਮੈਂ ਪਹਿਲੇ ਸਾਰੀਆਂ ਗੱਲਾਂ ਦੱਸ ਦਿੱਤੀਆਂ ਨੇ ਵੀਰਾਂ ਨੇ। ਔਰ ਮੇਰੇ ਵੀਰ ਦੋਸਤ ਜੇ ਸਾਡੇ ਨਾਲ ਜੁੜੇ ਨੇ ਬਾਖੂਬੀ ਜਾਣਦੇ ਨੇ ਤੁਹਾਡਾ ਦੇਸ਼ ਪੰਜਾਬ 'ਚ ਵੀ ਇੱਕ ਨਾ ਮਿਆਰ ਦਾ। ਮੈਂ ਤਾਂ ਇੱਕ ਹੋਰ ਕਹਿਣ ਦਾ ਸਰ, ਬੱਚੀ ਥੋੜ੍ਹਾ ਉਰਾ ਕਰ ਲਵੇ, ਦੋ ਬੰਦੇ ਇਕੱਠੇ ਚੋਣ ਆ ਜਾ, ਇਕੱਲਾ ਹੀ ਮੁੰਡਾ ਸਪੀਡ ਨਹੀਂ ਯਾਰ, ਦੋ ਇਕੱਠੇ ਚੋਵਾ ਸਰੂਰ ਆ ਜਾ। ਅੱਛਾ ਇਕੱਲਾ ਚੋਰੇਗਾ ਅਤੇ ਮੂੰਹੋਂ ਚੌਗੀ ਏ, ਬਾਰਵੀਂ ਗੱਲ ਕੀ ਏ, ਮੂੰਹੋਂ ਚੌਗੀ ਚਾਰ ਦੰਦ ਪਹਿਲਣ ਵੱਛੀ, ਪਹਿਲਣ ਵੱਛੀ ਮਾਸ਼ਾਅੱਲਾ। ਇਹ ਚੀਜ਼ਾਂ ਦੋਸਤੋ ਆਮ ਗਾਂ 'ਚ ਨਹੀਂ ਲੱਭੀਆਂ ਤੁਹਾਨੂੰ, ਜ਼ਰੂਰੀ ਨਹੀਂ ਲਾਲ ਰੰਗ ਦੀ 2 ਲੱਖ ਦੀ ਵੀ ਗਾਂ ਲੱਭ ਜਾਏਗੀ, ਲਾਲ ਰੰਗ ਦੀ 3 ਲੱਖ ਦੀ ਵੀ ਲੱਭ ਜਾਏਗੀ, 4 ਦੀ ਵੀ ਲੱਭ ਜਾਏਗੀ। ਰੰਗ 'ਤੇ ਨਹੀਂ ਜਾਣਾ, ਗਾਂ ਦੀ ਨਸਲ 'ਤੇ ਜਾਣਾ, ਗਾਂ ਦੇ ਮਿਆਰ 'ਤੇ ਜਾਣਾ। ਡੱਬੇ ਰੰਗ ਦੀ ਤੁਹਾਨੂੰ 2.5 ਲੱਖ ਦੀ ਵੀ ਗਾਂ ਲੈ ਦਿਆਂਗੇ, ਪਰ ਉਹਨੇ ਜ਼ਰੂਰੀ ਨਹੀਂ ਕਿ ਜਿਹੜੀਆਂ ਅਬਲਕ ਡੱਬੀਆਂ ਗਾਵਾਂ ਉਹਨਾਂ ਦਾ ਮਿਆਰ ਉਹ ਹੀ ਹੋਵੇ। ਮੇਰੇ ਵੀਰਾਂ ਦੇ ਸਾਹਮਣੇ ਤੋਹਫ਼ਾ ਜਨਾਬ ਅੱਲਾਹ ਦੇ ਕੁਨਾ। ਕੈਮਰਾਮੈਨ ਸਾਹਿਬ ਕੈਮਰਾ ਉੱਤੇ ਸਿੱਧ ਰੱਖ ਕੇ ਇਹਨੇ ਚੁਆਈਆਂ ਵਿਖਾਵ ਨਾ, ਬਾਲਟੀ ਉੱਤੇ ਟੱਪਦੀ ਟੁੱਦੀ ਆ ਨਜ਼ਰ ਆਵੇ ਵੀਰਾਂ ਨੂੰ। ਇਹ ਤਾਂ ਸੀਨ ਸੌ ਲੱਛੀ ਨੇ, ਬੰਦਾ ਪਾਉਣ ਦੀ ਲੋੜ ਨਹੀਂ। ਮਾਸ਼ਾਅੱਲਾ ਮੇਰੇ ਚੈੱਕ ਕਰਨ ਭਰਾ, ਨਿੱਕਾ ਚੋਈ ਜਾਂਦਾ ਅੱਲਾਹ ਦੇ ਕੋਲ, ਫਰਲਾਟੇ ਪੈਂਦੇ, ਦੂਸਰੇ ਥਾਣ ਵੀ ਬਹੁ ਫੜ ਕੇ ਇਵੇਂ ਚੁਆ ਕੇ ਵਿਖਾਈ ਯਾਰ। ਕੈਮਰਾ ਸਿਰ 'ਤੇ ਆ ਗਿਆ ਵੀਰ, ਚੁਆਈਆਂ ਵੇਖ ਲੈਣ, ਮੁੱਠ ਖੋਲਣ ਨਹੀਂ ਦਿੰਦੀ ਪਈ ਮੁੰਡੇ ਨੂੰ ਬੱਚੀ। ਤਸੱਲੀਆਂ ਕਰਾਉਂਦਾ ਪਿਆ ਮੈਂ ਆਪਦੇ ਵੀਰਾਂ ਨੂੰ, ਲੈਣ ਦੇ ਮੁਕੱਦਰ ਨੇ, ਸੌਦੇ ਪਰਾਉ ਨਸੀਬਾਂ ਦੇ ਨੇ, ਬੱਚੀ ਦਾ ਚੁਆ ਮੇਰੇ ਵੀਰਾਂ ਦੇ ਸਾਹਮਣੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਟੋਟਲ ਮੇਰੇ ਵੀਰਾਂ ਦੇ ਸਾਹਮਣੇ ਸਾਰੀਆਂ ਗੱਲਾਂ, ਹਮੇਸ਼ਾ ਵੀਰਾਂ ਨਾਲ ਪਿਆਰ ਮੁਹੱਬਤ ਚਾਹਤ ਵੰਡੀ ਔਰ ਵੰਡਦੇ ਰਹਾਂਗੇ। ਤੁਹਾਡੇ ਵਾਸਤੇ ਲੱਭ ਲੱਭ ਕੇ ਜਾਨਵਰ ਲਿਆਣੇ ਨੇ, ਤੁਹਾਡਾ ਦੇਸ਼ ਪੰਜਾਬ ਦੀ ਨੇ ਹਰ ਭਰਾ ਦੇ ਪੰਧ ਮੁਕਾ ਦੇਣੇ ਨੇ, ਹਰ ਸ਼ੌਕ ਕਰਨਾ ਚਾਹੀਦਾ ਵੀ ਸ਼ੌਕ ਕਰਨਾ ਤੁਹਾਡਾ ਦੇਸ਼ ਪੰਜਾਬ ਦੀ ਨਾਲ ਪਿਆਰ ਕਰੇ। ਮੈਂ ਚੁਆਈ ਕਰ ਸਕਦੇ ਜਲਦੀ ਤਾਂ ਨਹੀਂ, ਮੈਂ ਤੁਹਾਡਾ ਚੈੱਕ ਕਰੂੰਗਾ, ਸਰੂਰ ਲਊਂਗਾ, ਗਾਂ ਮੈਨੂੰ ਆਉਂਦੀ, ਮੇਰਾ ਦਿਲ ਕਰਦਾ ਪਿਆ ਗਾਂ ਨੂੰ ਚੋਵਣ ਨੂੰ। ਮੁੰਡਿਆ ਸਾਡੀ ਟਿਕਟੋਕ ਵੀ ਬਣਾ ਦੀ ਯਾਰ ਮੈਂ ਤਾਂ ਨਾ। ਮਾਸ਼ਾਅੱਲਾ ਕੈਮਰਾਮੈਨ ਸਾਹਿਬ, ਨਿੱਕੇ ਕੈਮਰਾਮੈਨ ਸਾਹਿਬ ਨੂੰ ਸੱਦੇ ਆ, ਟਿਕਟੋਕ ਬਣਾ ਲਵੇ ਆਪਣੀ ਨਾਲ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਚੁਆਈ ਵੇਖਣ ਮੇਰੇ ਭਰਾ, ਮੈਨੂੰ ਮੁੱਠ ਨਹੀਂ ਖੋਲਣ ਦਿੰਦੇ ਪਏ ਬੱਚੀ, ਐਚੇ ਨਿਕਲਿਆ ਵੀ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਬਹੁਤ ਕਮਾਲ ਦਾ ਚੁਆ, ਨਜ਼ਾਰੇ ਉਹ ਵਿਖਾਵਿਆ ਵਿੱਚ, ਕੈਮਰਾ ਚੱਲਦਾ ਸਾਰੀ ਗੱਲ, ਕੈਮਰਾਮੈਨ ਪੂਰੀ ਵੀਡੀਓ ਬਣਾਵਿਆ, ਵੀਰਾਂ ਨੂੰ ਪਤਾ ਲੱਗਿਆ ਕਿ ਅਸੀਂ ਕਿਵੇਂ ਮਾਸ਼ਾਅੱਲਾ ਵੀਡੀਓ ਬਣਾਉਂਦੇ ਹਾਂ, ਸਿਰ 'ਤੇ ਕੈਮਰੇ ਰੱਖ ਕੇ ਅਤੇ ਕਿਵੇਂ ਪੂਰਾ ਮਾਸ਼ਾਅੱਲਾ ਵੀਰਾਂ ਦੋਸਤਾਂ ਨੂੰ ਪੂਰੀਆਂ ਤਸੱਲੀਆਂ ਕਰਾਉਣੇ ਆ। ਜਨਾਬ ਹਰ ਗੱਲ ਤੁਹਾਡੀ ਅੱਖ ਦੇ ਸਾਹਮਣੇ ਪੂਰੀ ਤਸੱਲੀ ਕਰਾਉਂਦਾ ਪਿਆ ਭਰਾਵਾਂ ਦੀ, ਔਰ ਚੁਆ ਵੱਛੀ ਦੇ ਜਾ ਕੇ ਅੱਲਾ ਦੇ ਕੁਨਾ ਵੱਛੀ ਕੋਲ। ਦੋਸਤੋ ਬਾਈ ਕਹਿੰਦਾ ਪਿਆ ਕਿ 30 ਲੀਟਰ ਦੁੱਧ ਪੱਕਾ ਹੈ ਵੱਛੀ ਕੋਲ, ਪੱਕਾ ਦੁੱਧ 30 ਲੀਟਰ। ਮਾਸ਼ਾਅੱਲਾ ਗੱਲਾਂ ਬਾਤਾਂ ਲਾ ਲਈ ਭਾਈ, ਆਪਾਂ ਗਾਂ ਆਨਲਾਈਨ ਨਹੀਂ ਵੇਚਣੀ। ਅੱਛਾ ਜੀ, ਆਪਾਂ ਗੁਵੀਰ ਭਰਾ ਉੱਤੇ ਆਵੇ, 4 ਟਾਈਮ ਚੁਆਈਆਂ ਕਰਕੇ ਗਵਾਲ ਜਾਵੇ। ਮਾਸ਼ਾਅੱਲਾ ਜੀ ਮਾਸ਼ਾਅੱਲਾ, ਆਨਲਾਈਨ ਚੁਆਈਆਂ ਲਵੇ ਆਪਾਂ, ਫਿਰ ਵੀ ਅਦਰ ਸੁਣੋ ਮੇਰੀ ਗੱਲ, ਅੱਗੇ ਕਹਿ ਛੱਡਦੇ 30 ਲੀਟਰ ਦੁੱਧ, ਮਾਸ਼ਾਅੱਲਾ ਕਮਾਲ ਦਾ ਚੁਆ ਬੱਚੀ ਦਾ।
ਪੂਰਾ ਕੈਮਰਾਮੈਨ ਸਾਹਿਬ ਚਵਾ ਵਿਖਾ ਵੀਰਾਂ ਨੂੰ, ਪੂਰੀਆਂ ਵੱਛੀ ਦੇ ਦੀਦਾਰ ਕਰਾ ਦੇ। ਮਾਸ਼ਾਅੱਲਾ ਜੀ ਮਾਸ਼ਾਅੱਲਾ ਮਾਸ਼ਾਅੱਲਾ, ਬੜਾ ਕਮਾਲ ਦਾ ਚਵਾ ਹੈ। ਮੇਰਾ ਦਿਲ ਕਰਦਾ ਚੌਗਾਲ ਮੰਡ ਕੇ ਵੱਛੀ ਖੜੀ ਹੋਈ ਦੋਸਤੋ। ਹੈ ਨੇ ਗੱਲਾਂ ਜਿਹੜੀਆਂ ਤੁਹਾਡਾ ਦੇਸ਼ ਪੰਜਾਬ ਟੀਵੀ ਤੋਂ ਲੱਭਣਗੀਆਂ ਤੁਹਾਨੂੰ, ਐਡੇ ਖਰੇ ਤੇ ਐਡੇ ਲਾਜਵਾਬ ਆ ਜਾ ਨਿੱਕਾ ਬਾਬੂ ਚੋ ਵੱਛੀ ਚੋ ਮਾਸ਼ਾਅੱਲਾ। ਬੰਦੇ ਪਾਵਾਂ ਥੱਲੇ ਦੇ ਬਦਲੀ ਰੱਖ, ਇਹ ਨਹੀਂ ਜਿੱਥੇ ਲੱਤ ਰੱਖੀ ਲੱਤ ਲਾ ਜਾਵੇ ਦੀ ਲੋੜ ਬਾਹੂ ਭਰਾ ਕੇ ਇਵੇਂ ਭਰਾ ਕੇ ਬਹਿ ਜਿਵੇਂ ਕਿ ਚੁਆ ਇੱਥੇ ਮੁੰਡਾ ਪੂਰੀਆਂ ਤਸਲੀਆਂ ਕਰਾ ਦਵੇ। ਬਾਲਟੀ ਬਦਲ ਲੈ, ਬਾਲਟੀ ਬਦਲ ਲੈ, ਆ ਬਾਲਟੀ ਪਹਿਲੀ ਕਰਕੇ ਵਖਾ ਮੈਨਾਂ ਮੋਦੀ ਕਰਕੇ ਵਖਾ ਨਗੀਨਾ ਨਗੀਨਾ ਮੇਰੇ ਵੀਰਾਂ ਸਾਹਮਣੇ। ਪਿਛਲੇ ਥੜ ਪਣ ਕੱਲੇ ਥੜ ਫੜ ਲੈ ਮੁੰਡਿਆ ਹਾਂਜੀ ਜੀ ਭਾਈ ਇੱਧਰ ਵੇ ਰੰਗ ਨਾਲ ਪਿਆਰ ਕਰਨ ਲੱਗ ਪਏਗਾ। ਰੱਤੀ ਗਾਂ ਜਿੱਥੇ ਵੇਖੇਗਾ ਮੇਰਾ ਵੀਰ ਅੱਲਾ ਦੇ ਨਾਲ, ਮੇਰੇ ਵੀਰ ਦਾ ਦਿਲ ਕਰੇਗਾ ਮੈਂ ਲੈ ਲਾਂ ਜਿਹਦੇ ਘਰੇ ਚਲੀ ਗਈ। ਇਹਦਾ ਜਾਨਵਰ ਏ ਸੱਕਿਆ ਭਰਾਵਾਂ ਵਾਲਾ ਪਿਆਰ ਬਣਾ ਦੇਗਾ, ਜਿਹੜਾ ਮੇਰਾ ਭਰਾ ਲੈ ਜਾਏਗਾ ਇਨਸ਼ਾਅੱਲਾ ਤਾਲਾ ਦੁਆਵਾਂ 'ਚ ਯਾਦ ਕਰੇਗਾ ਔਰ ਕਹੇਗਾ ਜਵੇਦ ਬਾਈ ਇਹਦੇ ਜਾਨਵਰ ਲਾਭ ਲਾਭ ਕੇ ਦਿਓ। ਏਡੀ ਕੱਦ ਏਡੇ ਕਾਠ ਏਡੀ ਲਾਮ ਏਡੀ ਨਸਲ ਔਰ ਇਹ ਜੇ ਮਾਸ਼ਾਅੱਲਾ ਸੀਲਤਾਂ ਦੇ ਵਿੱਚ ਇਹ ਜੇ ਚੁਆਵਾਂ ਦੇ ਵਿੱਚ 30+ ਦੀਆਂ ਗਰੰਟੀਆਂ ਦੋਸਤੋ। ਵੱਛੀ ਬੋੜੇ ਦੇ ਵਿੱਚ ਯਾਨੀ ਕਿ ਦੁੱਧ ਬਣ ਗਿਆ। ਅੱਜ ਸੁਨੀਲ ਕਿਰਮਾ ਦਿਨ ਚੌਥਾ ਕਿ ਪੰਜਵਾਂ ਚੌਥਾ ਦਿਨ ਹੈ ਜੀ, ਚਾਰ ਦਿਨ ਬਾਅਦ ਦੁੱਧ ਅੱਠਵੀਂ ਚਵਾਈ ਦੁੱਧ ਬਣ ਗਿਆ ਹੋਣਾ ਦੋਸਤੋ, ਦੁੱਧ ਬਣ ਗਿਆ ਅੱਠਵੀਂ ਚਵਾਈ ਜਿਵੇਂ ਪਿਛਲੀਆਂ ਗਾਵਾਂ ਚਵਾ ਕੇ ਮਿਹਰਬਾਨੀ ਨਾਲ ਤੁਹਾਨੂੰ ਬੰਦੇ ਕਹਿਣਗੇ ਬੰਦਿਆਂ ਵਾਲੀ ਗੱਲ। ਮਾਸ਼ਾਅੱਲਾ ਸ਼ਹਿਜ਼ਾਦਾ ਮੇਰਾ ਭਰਾ ਦੋਸਤੋ, ਮੂੰਹ ਵਾਕਈ ਚਾਰ ਦੰਦ ਵੱਛੀ ਦੇ ਸੈੜਾ ਪੱਟ ਕੇ ਵਖਾਵਾਂਗਾ ਦੰਦ ਸੈੜਾ। ਮੈਂ ਸਮਝਿਆ ਕਿ ਦੂਜਣ ਵੈਣ ਏ, ਜਿੱਡਾ ਵੈਣ ਦਾ ਕੱਦ ਏ, ਜਿੱਡਾ ਖਿਲਾਰ ਏ, ਜਿੱਡੀ ਲਾਮ ਏ। ਵੱਛੀ ਅਗਲੇ ਸੂਏ ਤੱਕ ਕੱਦ ਕਰੇਗੀ ਬਲਕਿ ਤੀਸਰੇ ਸੂਏ ਤੱਕ। ਗਾਂ ਜਿਹੜਾ ਅੱਜ ਮੇਰਾ ਵੀਰ ਲੈ ਗਿਆ ਨਾ ਜਿਹਨੇ ਪੈਸਿਆਂ ਦੀ, ਉਹਨੇ ਪੈਸੇ ਦੋਸਤੋ ਨਾਰ ਲਾਵੇਗੀ। ਇਹ ਉਹ ਜਾਨਵਰ ਏ ਹਰ ਸੂਏ 2 ਲੱਖ ਨਾਰ ਲਾਵੇਗਾ, ਇੰਜ ਨਹੀਂ ਕਿ 2 ਲੱਖ ਘਟਾਵੇਗਾ। ਜਾਨਵਰ ਉਹ ਲੈਣਾ ਚਾਹੀਦਾ ਜਿਹੜਾ ਸੂਆ ਪੀ ਵੀ ਲਓ ਨਾਲ ਆਦੇ ਨਾਲ ਲਾ ਦੇਵੇ, ਨਾਲ ਬੱਚਾ ਵੀ ਬਚ ਜਾਵੇ ਅਤੇ ਨਾਲ ਦੁੱਧ ਜਿਹੜਾ ਚੰਗਾ ਦੇਵੇ। ਉਹਦੇ ਦੋਸਤੋ ਫਿਰ ਪੈਸੇ ਤਾਂ ਭਰਨੇ ਪੈਣੇ ਨੇ। ਸਿਆਣਿਆਂ ਦੀ ਗੱਲ ਬਹੁਤ ਚੰਗੀ ਏ, ਉਹਨੇ ਆਖਿਆ ਮਹਿੰਗਾ ਰੋਏ ਇੱਕ ਵਾਰ ਸਸਤਾ ਰੋਵੇ ਬਾਰ ਬਾਰ। ਜਿਹਨੇ ਆਖਣਾ ਮੈਂ 2-2.5 ਲੱਖ ਵਾਲੀ ਕੋਲ ਦੁੱਧ ਚੋਲਾਂ, ਮੈਂ ਚੋਵਾਂ 20 ਲੀਟਰ ਤੋਂ ਦੋਸਤੋ ਨਹੀਂ ਲੱਭਣਾ। ਉਹ ਆਪਾਂ ਕਿਸੇ ਨੂੰ ਧੋਖਾ ਨਹੀਂ ਦੇ ਰਹੇ ਹੁੰਦੇ, ਆਪਦੀ ਜ਼ਾਤ ਨੂੰ ਬੰਦਾ ਧੋਖਾ ਦਿੰਦਾ ਪਿਆਉਂਦਾ। ਮੇਰੇ ਭਰਾਓ ਕਦੇ ਵੀ ਤੁਹਾਨੂੰ 2.5 ਲੱਖ ਵਾਲਾ ਜਾਨਵਰ 15-16 ਵਾਲਾ ਵੀ ਨਹੀਂ ਲੱਭਣਾ। 2.5 ਲੱਖ ਵਾਲਾ ਜਾਨਵਰ ਪਤਾ ਕਿੰਨਾ ਦੁੱਧ ਦੇਗਾ?
10 ਲੀਟਰ ਤੋਂ ਉੱਤੇ ਜਿਹੜਾ ਜਾਨਵਰ ਦੁੱਧ ਦੇ ਦੇਗਾ ਵੀਰਾਂ ਭਰਾਵਾਂ ਦੋਸਤਾਂ ਦੇ ਮੁਕੱਦਰ 100/100 ਕੰਮ ਕਰਦੇ ਹੋਣਗੇ। 2.5 ਲੱਖ ਵਾਲਾ 10 ਤੋਂ ਉੱਤੇ ਕਦੇ ਵੀ ਦੁੱਧ ਨਹੀਂ ਦੇਗਾ। ਔਰ ਇਹ ਉਹ ਜਾਨਵਰ ਹੈ ਜੇ 30+ ਦੇ ਪੈਸੇ ਭਰਨੇ ਨੇ, 30+ ਹੀ ਅੱਲਾ ਦੇ ਹੁਕਮ ਨਾਲ ਵੀਰਾਂ ਨੇ ਚੋ ਲੈਣਾ, ਬਾਕੀ 3 ਗਾਵਾਂ ਲੈਣਗੇ, ਇਹਦੇ ਨਾਲ ਲੱਭਣਗੀਆਂ ਵੀ ਜ਼ਿਆਦਾ ਮੁੱਲ 'ਚ ਅਤੇ ਦੁੱਧ ਵੀ ਥੋੜ੍ਹਾ ਹੋਵੇਗਾ ਅਤੇ ਪੱਠਿਆਂ ਦੇ ਤਿਆਰ ਸ਼ੇ ਦਾ ਖਰਚਾ ਵੀ ਜ਼ਿਆਦਾ ਹੋਵੇਗਾ, 3 ਗਾਵਾਂ ਦਾ ਗੋਹਾ ਸੱਟਣਾ ਵੀ ਪੈਣਾ। ਇਸ ਇੱਕ ਦਾ ਗੋਹਾ ਸੱਟ ਕੇ ਅੱਲਾ ਦੇ ਹੁਕਮ ਨਾਲ 3 ਗਾਵਾਂ ਜਿੰਨਾ ਅੱਲਾ ਦੇ ਹੁਕਮ ਨਾਲ ਦੁੱਧ ਚੋ ਸਕਦੇ। ਮਾਸ਼ਾਅੱਲਾ ਜੀ, ਬਾਲਟੀ ਮੋਦੀ ਕਰਕੇ ਵਹਾ, ਬਾਲਟੀ ਪੁੱਤਰ ਮੋਦੀ ਕਰਦੀ ਦੂਸਰੀ ਸ਼ਹਿਜ਼ਾਦਾ ਪਿਛਲੇ ਥਾਂ ਹੁਣ ਫੜ ਹੁਣ ਸਰੂਰ ਆ ਗਏ ਮੁੰਡਿਆ ਭਰਾ ਜੇ ਮੇਰੇ ਸ਼ਹਿਜ਼ਾਦਿਆ ਮੇਰਾ ਵੀਰਿਆ ਇੱਥੇ ਕੈਮਰਾਮੈਨ ਤੋਂ ਭਰਾ ਕੇ ਛੇਕੋ ਤਸਵੀਰ ਥੋੜ੍ਹਾ ਪਿੱਛੇ ਹੋ ਜਾ, ਥੋੜ੍ਹਾ ਪਿੱਛੇ ਹੋ ਕੇ ਹੋਰ ਪਿੱਛੇ ਹੋ ਜਾ, ਗਾਂ ਨੇ ਕਿਹੜਾ ਹਿੱਲਣਾ, ਹੋਰ ਪਿੱਛੇ ਹੋ ਜਾ, ਇੱਥੇ ਰੱਖ ਕੇ ਥੰਬਨੇਲ ਬਣਾ ਵੀਰਾ ਦੋਸਤਾਂ ਨੂੰ, ਗਾਂ ਵੀ ਚੰਗੀ ਲੱਗੇ ਤੇ ਥੰਬਨੇਲ ਵੀ ਚੰਗਾ ਲੱਗੇ, ਹਰ ਗੱਲ ਮੇਰੇ ਵੀਰਾਂ ਭਰਾਵਾਂ ਦੋਸਤਾਂ ਨਜ਼ਰ ਦੇ ਸਾਹਮਣੇ। ਤੁਹਾਡਾ ਦੇਸ਼ ਪੰਜਾਬ 'ਚ ਵੀ ਤੁਹਾਡੇ ਨਾਲ ਮੁਹੱਬਤਾਂ ਅਤੇ ਚਾਹਤਾਂ ਵੰਡਦਾ ਅੱਲਾ ਦੇ ਹੁਕਮ ਨਾਲ, ਵੀਰਾਂ ਦੋਸਤਾਂ ਨਾਲ ਪਿਆਰ ਦਿਲੋਂ ਕੀਤਾ, ਦਿਲੋਂ ਜਾਨੋਂ ਕੀਤਾ, ਔਰ ਮਿਹਨਤਾਂ ਵੀ ਕੋਸ਼ਿਸ਼ਾਂ ਵੀ ਦਿਲੋਂ ਜਾਨੋਂ ਕੀਤੀਆਂ ਨੇ। ਚੰਗੀ ਸ਼ਹਿਰ ਦੋਸਤੋ ਰੋਜ਼ ਰੋਜ਼ ਅੱਖ ਦੇ ਅੱਗੇ ਨਹੀਂ ਝੜਦੀ ਅਤੇ ਨਾ ਲੱਭਦੀ। ਮੇਰੇ ਭਰਾ ਕਈ ਇਹੋ ਜਿਹੇ ਨੇ ਮੈਨੂੰ ਕਹਿੰਦੇ ਕਿ ਜਵੇਦ ਬਾਈ 10 ਲੱਖ ਐਡਵਾਂਸ ਘੱਲ ਦਿੰਦੇ ਹਾਂ, ਕੋਈ ਚੰਗਾ ਜਾਨਵਰ ਆਵੇ। ਮੈਂ ਐਡਵਾਂਸ ਲੈਣ ਦੀ ਜਾਂ ਘੱਲਣ ਦੀ ਕੋਈ ਲੋੜ ਨਹੀਂ, ਚੰਗਾ ਹੋਇਆ ਨਾ ਮੈਂ ਵੀਡੀਓ ਬਣਾਉਂਦੇ ਹੀ ਚੰਗੇ ਦੀਆਂ, ਪਰ ਜੇ ਇਹਦਾ ਜਾਨਵਰ ਤੂੰ ਲੈਣਾ ਹੋਇਆ ਉਹ ਜੇ ਤਾਂ ਲੱਭ ਜਾਏਗਾ ਤੁਹਾਡਾ ਦੇਸ਼ ਪੰਜਾਬ ਟੀਵੀ ਤੋਂ, ਪਰ ਤੈਨੂੰ ਕੋਈ 2-4 ਦਿਨ ਵੇਟ ਕਰਨਾ ਪੈਣਾ। ਚੰਗੀ ਸ਼ਹਿਰ ਦੋਸਤੋ ਨਾ ਹੋਵੇ ਤਾਂ ਆਪਾਂ ਕਦੇ ਵੀਡੀਓ ਹੀ ਨਹੀਂ ਲਾਈ। ਤੁਹਾਡਾ ਦੇਸ਼ ਪੰਜਾਬ ਟੀਵੀ ਦਾ ਤੁਹਾਡਾ ਦੇਸ਼ ਪੰਜਾਬ ਟੀਵੀ ਨਾਂ ਤਾਂ ਰੱਖਿਆ, ਇਹ ਤੁਹਾਡਾ ਹੈ, ਅਸੀਂ ਤਾਂ ਤੁਹਾਡੇ ਖਿਦਮਤਗਾਰ ਹਾਂ, ਅਸੀਂ ਤਾਂ ਤੁਹਾਡੇ ਲਈ ਜਾਨਵਰ ਲੱਭਣਾ ਤੇ ਤੁਹਾਨੂੰ ਵਿਖਾਉਣਾ ਹੈ, ਤੁਹਾਡੇ ਲਈ ਮਸ਼ਕਤਾਂ ਤੇ ਮਿਹਨਤਾਂ ਕਰਨੀਆਂ ਨੇ। ਬੱਚੇ ਨੂੰ ਖੁੱਲਾ ਛੱਡ ਦਿਆ ਪੁੱਤਰਾ, ਬੱਚੀ ਦਾ ਤੀਸਰੀ ਬਾਲਟੀ ਵੀ ਕੱਢਦੀ, ਬੱਚੀ ਦਾ ਦੁੱਧ ਖਤਮ ਹੋਣ ਦਾ ਨਾਂ ਹੀ ਨਹੀਂ ਲੈਂਦਾ ਪਿਆ। ਮਾਸ਼ਾਅੱਲਾ ਓਏ ਦੋਸਤੋ, ਤੋਹਫੇ ਇਹ ਜੇ ਨੇ, ਇਹ ਤੁਹਾਡਾ ਦੇਸ਼ ਪੰਜਾਬ ਟੀਵੀ ਦੇ ਮਿਆਰ ਦਾ ਨਾਂ ਹੈ। ਇਨਸ਼ਾਅੱਲਾ ਤਾਲਾ ਅੱਲਾ ਦੇ ਹੁਕਮ ਨਾਲ, ਮੈਂ ਅੱਗੇ ਵੀਰਾਂ ਦੱਸਿਆ ਇਹਦੀਆਂ ਤਸਲੀਆਂ, ਇੰਨੀਆਂ ਵੰਡਾਂ ਤੇ ਇੰਨੀਆਂ ਗੱਲਾਂ, ਜਾਂ ਇਹ ਜੀ ਜਾਨਵਰ ਦੀ ਇੱਕ ਇੱਕ ਅੰਗ ਅੰਗ ਕੋਈ ਨਹੀਂ ਦੱਸੇਗਾ। ਕਿਸੇ ਨੂੰ ਨਸਲ ਦੇ ਬਾਰੇ ਗਾਂ ਦੀ ਚੰਗੀ ਤਾਂ ਨਹੀਂ ਪਤਾ, ਚੰਗੀ ਗਾਂ ਦੀ ਨਸਲ ਕੀ ਹੁੰਦੀ ਹੈ। ਅਤੇ ਅੱਲਾ ਦੇ ਹੁਕਮ ਨਾਲ ਮੇਰੇ ਵੀਰਾਂ ਦੋਸਤਾਂ ਸਾਹਮਣੇ ਸਾਰੀ ਗੱਲ ਮੈਂ ਆਪਣੇ ਵੀਰਾਂ ਦੱਸਦਾ ਪਿਆ, ਕੋਈ ਵੀ ਤੁਹਾਡੀ ਨਜ਼ਰ ਤੋਂ ਚੀਜ਼ ਹੋ ਜਾਂ ਨਹੀਂ ਹੈ। ਨਿਆ ਨਿੱਕੇ ਵੀਰ ਗੜਵੀ ਲਿਆ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਆ ਮੇਰੇ ਵੀਰਾਂ ਸਾਹਮਣੇ ਖਾਲੀ ਐ ਜਨਾਬ, ਇੱਕ ਆ ਵੀਰੇ ਮਾਸ਼ਾਅੱਲਾ, ਦੋ ਆ ਵੀਰੇ ਮਾਸ਼ਾਅੱਲਾ, ਤਿੰਨ ਐ ਜਨਾਬ ਮਾਸ਼ਾਅੱਲਾ, ਚਾਰ ਐ ਜਨਾਬ ਮਾਸ਼ਾਅੱਲਾ, ਪੰਜ ਐ ਜਨਾਬ ਮਾਸ਼ਾਅੱਲਾ, ਛੇ ਐ ਜਨਾਬ ਮਾਸ਼ਾਅੱਲਾ, ਸੱਤ ਭਾਈ ਰਾਸ਼ਦ ਆ ਇੱਧਰ ਆ ਜੀ, ਸੱਤ ਐ ਜਨਾਬ ਮਾਸ਼ਾਅੱਲਾ, ਅੱਠ ਐ ਜਨਾਬ ਮਾਸ਼ਾਅੱਲਾ, ਨੌ ਐ ਜਨਾਬ ਮਾਸ਼ਾਅੱਲਾ, ਨੌ ਐ ਦਸ ਲਿਆ ਜੀ ਇਹਦੇ ਵਿੱਚ ਪਾਓ, ਦਸ ਪ੍ਰਤਾਪ ਉੱਚਾ ਰੱਖ ਕੇ, ਪ੍ਰਤਾਪ ਚੱਕ ਚੁੱਕ ਮਾਰ ਜਾਵੇ, ਦਸ ਐ ਵੀਰੋ ਮਾਸ਼ਾਅੱਲਾ, ਗਿਆਰਾਂ ਐ ਵੀਰੋ ਮਾਸ਼ਾਅੱਲਾ, ਬਾਰਾਂ ਐ ਵੀਰੋ ਮਾਸ਼ਾਅੱਲਾ, ਤੇਰਾਂ ਐ ਵੀਰੋ ਮਾਸ਼ਾਅੱਲਾ, ਚੌਦਾਂ ਐ ਵੀਰੋ ਮਾਸ਼ਾਅੱਲਾ, ਪੰਦਰਾਂ ਐ ਵੀਰੋ ਮਾਸ਼ਾਅੱਲਾ, ਸੋਲਾਂ ਐ ਵੀਰੋ ਮਾਸ਼ਾਅੱਲਾ, ਸਤਾਰਾਂ
ਤਾਰਾ ਲੀਟਰ ਦੋ ਚੋਲਿਆ ਗੜਵੀਆਂ ਵੀ ਲਟਾਲ ਲਟਾਲ ਕੇ ਜਿਵੇਂ ਨਾ ਚੰਗੀਆਂ ਕਰਕੇ ਭਰੀਆਂ ਨੇ ਮੇਰੇ ਵੀਰਾਂ ਸਾਹਮਣੇ ਆ ਗਿਆ ਵੱਛੀ ਨੂੰ ਵੀ ਦੁੱਧ ਚੰਗਾ ਛੱਡਿਆ ਵੈਲ ਦਾ ਕੱਦ ਹਾਈਟ ਕੈਮਰਾ ਮੈਂ ਸਭ ਦੂਰੋਂ ਜਾ ਕੇ ਵਿਖਾ ਗਾਂ ਦੇ ਇੱਥੋਂ ਰੱਖ ਕੇ ਨਾ ਇੱਥੋਂ ਗਾਂ ਦੇ ਸਿਰ ਤੱਕ ਵੇਖਣਾ ਤੇ ਭਾਈ ਮੂੰਹ ਪੱਟ ਕੇ ਵਿਖਾ ਦੇ ਆਹੋ ਮੂੰਹ ਪੱਟ ਕੇ ਚਾਰ ਦਿਨ ਦੱਸੀ ਭਾਈ ਜਾਨ ਮੂੰਹ ਪੱਟ ਕੇ ਦਿਖਾਉਣਾ ਜੇ ਮੂੰਹ ਤੋਂ ਬਗੈਰ ਯਕੀਨ ਕਿਸੇ ਭਰਾ ਨੂੰ ਨਹੀਂ ਆਉਣਾ ਪਹਿਲੇ ਇੱਕ ਮਿੰਟ ਭਾਈ ਜਾਨ ਇੱਕ ਮਿੰਟ ਵੇਟ ਕਰੋ ਇੱਕ ਮਿੰਟ ਇਹ ਆਓ ਭਾਈ ਆਹ ਵੇਖੇ ਗਾਂ ਜਰਵਾਣੀ ਤੇ ਰੰਗ ਚਾਰ ਛੋਰ ਹੋਣ ਤਾਂ ਵੱਢ ਸਕਦੇ ਨੇ ਗਾਂ ਕਿਹੜਾ ਐਵੇਂ ਨਿੱਕੀ ਜੀ ਹੈ ਇਹ ਮਾਸ਼ਾਲਾ ਚਾਰ ਦੰਦ ਚੌਗੀ ਇਹ ਦੰਦ ਦੋ ਜਨਾਬ ਛੋਟਿਆ ਦੇਖਦੇ ਪਏ ਨੇ ਔਰ ਜਨਾਬ ਇੱਧਰ ਵੀ ਮਾਸ਼ਾਲਾ ਚੌਗੀ ਵੈੜ ਮੇਰੇ ਵੀਰਾਂ ਭਰਾਵਾਂ ਦੋਸਤਾਂ ਸਾਹਮਣੇ ਤਸੱਲੀਆਂ ਕਰਾ ਦਿੱਤੀਆਂ ਨੇ ਲੈਣੇ ਜਿਵੇਂ ਮੁਕੱਦਰ ਨੇ ਸੁੱਧ ਦੋਸਤ ਨਸੀਬਾਂ ਦੇ ਨੇ ਬੱਚੀ ਜਿਹੜਾ ਮੇਰਾ ਭਰਾ ਲੈ ਕੇ ਅੱਲਾ ਦੇ ਹੁਕਮ ਨਾਲ ਦੁਆਵਾਂ 'ਚ ਯਾਦ ਕਰੇਗਾ ਆਜੋ ਜੀ ਅਸਲਾਮ ਵਾਲੇਕੁਮ ਭਾਈ ਜਾਨ ਵਾਲੇਕੁਮ ਸਲਾਮ ਵੈੜ ਵਿਖਾ ਦਿੱਤੀ ਜੀ ਭਾਈ ਸਿਰ ਤੋਂ ਲੈ ਕੇ ਪੈਰਾਂ ਤੀਕ ਤਸੱਲੀ ਕਰਾ ਜੀ ਭਾਈ ਮੈਂ ਆਪਣੇ ਵੀਰਾਂ ਭਰਾਵਾਂ ਦੋਸਤਾਂ ਨੂੰ ਜੋ ਦੱਸਣਾ ਸੀ ਜੋ ਵਿਖਾਉਣਾ ਸੀ ਉਹ ਮੈਂ ਵਿਖਾ ਚੁੱਕਿਆ ਅੱਲਾ ਦੇ ਹੁਕਮ ਨਾਲ ਜਵੇਦ ਭਾਈ ਨਾ ਇਹਦੀਆਂ ਵੈੜਾਂ ਐਡੀਆਂ ਜੰਮਦੀਆਂ ਨੇ ਪਹਿਲਾਂ ਤਾਂ ਨਾ ਜੰਮਣੀਆਂ ਨੇ ਬਿਲਕੁਲ ਇੱਥੇ ਬੰਦੇ ਕਹਿ ਛੱਡਦੇ ਨੇ ਵੀ ਅਸੀਂ ਫਰੀਦਮ ਸਾਹੀਵਾਲ ਲਈ ਉਧਰ ਕੈਮਰੇ ਜਰਸੀ ਫਰੀਜ਼ਨ ਲਈ ਅੱਖ ਚ ਅੱਖ ਪਾ ਕੇ ਅੱਖ ਚੱਕ ਪਾ ਤੇ ਅੱਲਾ ਦੀ ਮਿਹਰਬਾਨੀ ਨਾਲ ਪਹਿਲਾਂ ਨਹੀਂ ਆਪਾਂ ਸੱਚਾ ਹੋਣਾ ਦਾ ਅੱਖ ਚੱਕ ਪਾਵਾਂਗੇ ਲੋਕਾਂ ਦਾ ਰਾਈ ਕਰਕੇ ਗੱਲ ਨਹੀਂ ਕਰਨੀ ਗੱਲ ਇੱਧਰ ਕਰਦੇ ਪਈ ਵੇਂਦੇ ਥੱਲੇ ਜਾਂ ਉੱਤੇ ਪੈ ਹੋਈਏ ਜਵੇਦ ਭਾਈ ਇਨਸ਼ਾਅੱਲਾ ਆਪਣਾ ਜਾਨਵਰ ਹੀ ਦੱਸੇਗਾ ਆਪਾਂ ਨੂੰ ਸੱਚ ਬੋਲਣ ਦੀ ਝੂਠ ਲੋੜ ਹੀ ਨਹੀਂ ਹੈਗੀ ਜੇ ਠੀਕ ਹੋ ਗਿਆ ਜੀ ਹਾਂਜੀ ਗਾਂ ਕੋ ਦੁੱਧ ਕਿੰਨਾ ਆਪਣੀ ਇਸ ਟਾਈਮ ਆਪਾਂ 30 ਸਿਰ ਦੋ ਟਾਈਮਾਂ ਦਾ ਚਵਾ ਕੇ ਦੇਵਾਂਗੇ ਵੀਰ ਭਰਾ ਉੱਤੇ ਆ ਕੇ ਚਾਰ ਚਵਾਈਆਂ ਕਰਕੇ ਲੈ ਜਾਵਾਂ ਜਿਹੜਾ ਉੱਤੇ ਨਾ ਸਿੱਖੇ ਵੀਡੀਓ ਕਾਲ ਤੇ ਵੀਡੀਓ ਕਾਲ ਤੇ ਦੋ ਟਾਈਮ ਲਵੇ ਤਿੰਨ ਟਾਈਮ ਲਵੇ ਚਾਰ ਟਾਈਮ ਲਵੇ ਜਿਹਨੇ ਡੰਗ ਜਿਹੀ ਹੁੰਦਾ ਕਰਦਾ ਆ ਕੇ ਚਵਾਈਆਂ ਲਵੇ ਆਨਲਾਈਨ ਤਸੱਲੀ ਹੋ ਗਿਆ ਵੀਡੀਓ ਕਾਲ ਹਾਂਜੀ ਵੀਡੀਓ ਕਾਲ ਆਪਣੀ ਗਾਂ ਕੋ 30+ 30+ ਦੋ ਤਿੰਨ ਚਾਰ 20 ਦਿਨ ਚੋ ਕੇ ਵੇਖੇ ਯਾਰ 30+ ਵਾਲਾ ਜਾਨਵਰ ਕਿੰਨੇ ਦਾ ਲੱਭਦਾ ਬਾਹਰ ਚ ਬਾਹਰ ਚ ਤਾਂ ਲੱਭਦਾ 7-8 ਲੱਖ ਦਾ ਆਪਾਂ ਕਿੰਨੇ ਦਾ ਦੇਣਾ 7,20,000 ਰੁਪਇਆ ਫਾਈਨਲ ਲੈਂਦਾ ਔਰ 7 ਲੱਖ ਨੂੰ ਛੱਡ ਤੂੰ ਮੇਰੇ ਕੰਧਾਂ ਨਾ ਡੇਗ ਮੇਰੀਆਂ ਮੇਰੇ ਕੋਠੇ ਲੋਕ ਡੇਗਦੇ ਨੇ ਘਰ ਵਾਲੇ ਆ ਕੇ ਪੱਕੀ ਜੀ ਗੱਲ ਕਰ ਮੇਰੇ ਵੀਰਾਂ ਦੇ ਦਿਲ ਚ ਖੁੱਬ ਜਾਵੇ ਜਿਹੜੀ ਗੱਲ ਕਿਹੋ ਜੀ ਪੱਕੀ ਕਰਦੀ ਅਸੀਂ ਕਰ ਕਵੇ ਜਿਹੜੇ ਲੈ ਕੇ ਜੇਬ ਚ ਪਾ ਲੈਣੇ ਨੇ ਸੋਹਣੀ ਗੱਲ ਸੁਣਾ ਦੇ 6.5 ਲੱਖ ਰੁਪਏ ਦੀ ਆਪਾਂ ਵੈਟ ਦੇ 6.5 ਵੀ ਜ਼ਿਆਦਾ ਲਾਲੀ ਯਾਰ ਨਾ ਇੰਜ ਕਰ ਵੈਟ ਵੀ ਆਪਣੀ ਜ਼ਿਆਦਾ ਨੇ ਚੰਗੀ ਬਹੁਤ ਮੁੱਲ ਪੱਕਾ ਜਾ ਕਰਦਾ ਤੇਰੀ ਠੋਡੀ ਨੂੰ ਹੱਥ ਲਾਣਾ ਜਿਹੜੇ ਲੈਣੇ ਨੇ ਉਹ ਕਰਦੇ ਹੋਣੇ ਮੁਫਤਾ ਕਰਦੇ ਜਾਂ 6 ਲੱਖ ਦੀ ਵੈਟ ਵੇਚਣੀ ਆਪਾਂ ਘੱਟ ਕੋਣੀ 6 ਲੱਖ ਦੀ ਵੇਚਣੀ ਪਰ 6 ਚ ਵੀ ਮੁਫਤਾ ਚੱਕਦਾ ਹੁਣ ਮੌਕੇ ਦੀ ਨਿਸਬਤ ਥੋੜਾ ਬਹੁਤਾ ਕਰਾਂ ਦੋਸਤੋ 7,20,000 ਕਰਕੇ ਤੇ ਪੂਰਾ 1,20,000 ਛਡਾ ਦਿੱਤਾ ਤੇ ਮੁਹੱਬਤ ਇਸ ਉੱਤੇ ਕੀ ਹੁੰਦੀਆਂ ਨੇ ਤੇ 30+ ਵਾਲੀ ਗਾਂ ਮੇਰੇ ਵੀਰ ਭਰਾ ਦੋਸਤ ਜਿੰਨੇ ਚੈਨਲ ਪਏ ਨੇ ਫਰੋਲ ਲੈਣ 30+ ਵਾਲੀ ਕੋਈ 6 ਲੱਖ ਦੀ ਗਾਂ ਦੇਵੇ ਕੱਲਾ ਦੇਖੋ ਨਾ ਗੱਲਾਂ ਫਿਰ ਹੋਣੀਆਂ ਮੈਂ 2-3 ਟਾਈਮ ਚਵਾ ਕੇ ਗਾਂ ਦੇਣੀ ਐਵੇਂ ਗਾਂ ਨਹੀਂ ਮੈਂ ਦੇਣੀ ਐਵੇਂ ਨਹੀਂ ਆ ਦੇਣਾ ਕਿ 30+ ਤੇ ਆ ਜਾਓ ਜੀ ਤੇਰੇ ਵੱਲ ਆਉਣ ਲੱਗਣ ਜੀ ਬੱਚਾ ਚੌਂਕ ਗਿਆ ਜੀ ਤੇ ਗਾਂ ਛੁੱਟ ਗਈ ਹੈ ਜੀ ਤੇ ਫਲਾਣ ਹੋ ਗਿਆ ਉਹ ਨਹੀਂ ਮੈਂ 2-3 ਟਾਈਮ ਚਵਾ ਕੇ ਦੇਣੀ ਗਾਂ ਵੀਡੀਓ ਕਾਲ ਤੇ ਦੇਣੀ ਭਵੇਂ 6 ਲੱਖ ਰੁਪਇਆ ਉਹਨੇ ਕੋਈ ਕਿੱਕਰਾਂ ਦੇ ਸੱਕ ਨਹੀਂ ਨੇ ਜਿਹੜੇ ਪੱਟ ਕੇ ਕਿਸੇ ਨੂੰ ਦੇ ਦੇਣੇ ਨੇ 6 ਲੱਖ ਰੁਪਇਆ ਵੀ ਇਹਦੇ ਚੁੱਕੋ ਗਾਂ ਵੀ ਅੱਲਾ ਦੇ ਹੁਕਮ ਨਾਲ ਗਾਂ ਦਾ ਬੱਚਾ ਹੈ ਤਸੱਲੀਆਂ ਨਾਲ ਦਿਆਂਗਾ ਮੈਂ ਆਪਣੇ ਵੀਰਾਂ ਦੋਸਤਾਂ ਨੂੰ ਦੱਸਦਾ ਜਾਵਾਂ ਇਹੋ ਜਿਹੀਆਂ ਗੱਲਾਂ ਔਰ ਏਡਿਆ ਮਾਸ਼ਾਅੱਲਾ ਚੰਗਾ ਜਾਨਵਰ ਕੋਈ ਲਾ ਕੇ 30+ ਚਵਾ ਕੇ ਮੈਂ ਹਾਜ਼ਰ ਬੈਠਾ ਮੈਂ 100 ਗਾਂ ਵੇਚਣ ਨੂੰ ਦੀ ਤਿਆਰ ਹਾਂ ਬਾਰ ਰੇਟ ਇਹ ਜਿਹੇ ਹੋਵਣ ਜਾਨਵਰ ਇਹ ਜਿਹੇ ਹੋਵਣ ਇਹ ਜਿਹੀਆਂ ਗੱਲਾਂ ਹੋਵਣ ਮੈਂ ਦੋਸਤੋ ਗੱਲ ਹਮੇਸ਼ਾ ਆਪਣੇ ਵੀਰਾਂ ਦੋਸਤਾਂ ਦੇ ਫੇਵਰ ਦੀ ਕੀਤੀ ਹੈ ਔਰ ਹਮੇਸ਼ਾ ਆਪਣੇ ਵੀਰਾਂ ਨਾਲ ਪਿਆਰ ਕੀਤਾ ਜਿਹੜੇ ਸਾਡੇ ਨਾਲ ਚਾਹਣ ਵਾਲੇ ਨੇ ਸਾਨੂੰ ਵੇਖਣ ਵਾਲੇ ਨੇ ਅੱਜ ਦੀ ਵੀਡੀਓ ਜਿਹੜਾ ਮੇਰਾ ਵੀਰ ਵੇਖੇਗਾ ਇਨਸ਼ਾਅੱਲਾ ਤਾਲਾ ਜਿਹੜਾ ਗਾਂ ਦੇ ਬੱਚੇ ਨੂੰ ਸਮਝਦਾ ਗਾਂ ਦੀ ਨਸਲ ਸਮਝਦਾ ਉਹਨੂੰ ਦੱਸਣ ਦੀ ਲੋੜ ਨਹੀਂ ਪੈਣੀ ਉਹਨੇ ਗਾਂ 2 ਹਰਫਾਂ 'ਚ ਹੀ ਲੈ ਲੈਣੀ ਹੈ ਔਰ ਮੇਰੇ ਵੀਰਾਂ ਦੋਸਤਾਂ ਦੇ ਸਾਹਮਣੇ ਸਾਰੀ ਗੱਲ ਆ ਗਈ ਹੈ ਜਿਹੜਾ ਖਰੀਦਣਾ ਚਾਹੁੰਦਾ ਰਾਬਤਾ ਨੰਬਰ ਲੈ ਸਕਦਾ 0300 ਹਮੇਸ਼ਾ ਤਰ੍ਹਾਂ ਪੂਰਾ ਜੀ 510-4051 ਇਸੇ 'ਤੇ ਆਪਣਾ ਵਟਸਐਪ ਨੰਬਰ ਹੁੰਦਾ ਇਸੇ 'ਤੇ ਆਪਣਾ ਰਾਬਤਾ ਨੰਬਰ ਹੁੰਦਾ ਅੱਜ ਦੀ ਵੀਡੀਓ ਨਾਲ ਆਪਣੇ ਮੇਜ਼ਬਾਨ ਮੁਹੰਮਦ ਜੁਏ ਨੂੰ ਦੇਣ ਇਜਾਜ਼ਤ ਅੱਲਾ ਨੇ ਇੱਕ ਵਾਰ ਪਾਕਿਸਤਾਨ ਜ਼ਿੰਦਾਬਾਦ